ਕਹੇ ਗਿਨੀ ਮਲਾਦ ਮੁਕਤ ਕਹਿ ਬੋ ਜਨਾ ਦਾ ਜੱਟ ਵੀ ਜਕੀਨ ਸਸੀ ਗਾਜ ਜੀ ਸਾਰਿਆਂ ਨੂੰ ਕੀ ਹਾਲ ਹੈ ਸਾਰਾਂ ਦਾ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰਾਂ ਜੀ ਮੇਰਾ ਨਾਮ ਰਵੀ ਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਬਹੁਤ ਸਾਰੀਆਂ ਮਸ਼ੀਨਰੀ ਲੈ ਕੇ ਹਾਜ਼ਰਾਂ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ ਨੰਬਰ ਹੈ ਜੀ ਮੇਰਾ 76963 29488 ਜੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਜੀ ਬਿਲਕੁਲ ਫ੍ਰੀ ਦੇ ਵਿੱਚ ਬਿਨਾਂ ਕਿਸੇ ਖਰਚੇ ਤੋਂ ਤਾ ਇਸ ਨੰਬਰ ਤੇ ਤੁਹਾਡੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਜੀ ਫੋਨ ਨੂੰ ਟੇਢਾ ਕਰਕੇ ਪੂਰੀਆ ਸਾਫ ਚਾਰੇ ਪਾਸਿਓ ਤੇ ਬਾਕੀ ਉਹਦੀ ਸਾਰੀ ਜਾਣਕਾਰੀ ਲਿਖ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਤੇ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਤੇ ਲਗਾ ਦੇਗੇ ਤੇ ਬਹੁਤ ਹੀ ਜਲਦ ਤੁਹਾਡੀ ਜਿਹੜੀ ਮਸ਼ੀਨਰੀ ਆ ਉਹ ਵਿਕ ਜੂਗੀ ਜੀ ਤੇ ਰੇਟ ਜਿਹੜਾ ਸਹੀ ਲਾਉਣਾ ਜੀ ਤੇ ਵਧਾ ਜਿਹੜਾ ਕਿੰਨੇ ਦੱਸਣਾ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਕਿਹਵਰੀ ਮਸ਼ੀਨਰੀ ਉਹਦੇ ਨਾਲ ਨਹੀਂ ਵਿਕਦੀ ਤੇ ਆਪਣੇ ਚੈਨਲ ਤੇ ਗਲਤ ਪ੍ਰਭਾਵ ਪੈਂਦਾ ਜੀ ਤੇ ਰੇਟ ਜਿਹੜਾ ਉਹ ਸਹੀ ਭੇਜਣਾ ਜੀ ਤੇ ਹੁਣ ਕਰਦੇ ਆ ਮਸ਼ੀਨਰੀਆਂ ਦੀ ਗੱਲ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਇੰਡੋ ਫਾਰਮ 3035 ਟਰੈਕਟਰ ਜੀ ਟਰੈਕਟਰ ਹੈ ਜੀ 3035 ਇੰਡੋ ਫਾਰਮ 2015 ਮਾਡਲ ਆ 2 ਲੱਖ 90 ਹਜ਼ਾਰ ਵੀਰ ਨੇ ਡਿਮਾਂਡ ਰੱਖਿਆ ਬਟਾਲਾ ਇਹਨਾਂ ਦਾ ਏਰੀਆ ਜੀ 80% ਟਾਇਰਾਂ ਦੀ ਕੰਡੀਸ਼ਨ ਪਈ ਹੈ ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ ਨੰਬਰ ਹੈ ਜੀ 98766 70500 26 ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਛਾਤਰੀ ਲੱਗੀ ਹੈ ਤੇ ਰੰਗ ਜਿਹੜਾ ਬਿਲਕੁਲ ਸਾਫ ਪਿਆ ਕੋਈ ਦਿੱਕਤ ਨਹੀਂ ਟਰੈਕਟਰ ਚ ਪੂਰਾ ਵਧੀਆ ਤੇ ਸੋਹਣਾ ਟਰੈਕਟਰ ਹੈ ਜੀ ਤੇ ਰੰਗ ਜਿਹੜਾ ਬਿਲਕੁਲ ਸਾਫ਼ ਹੈ ਨਾਲ ਦਾ ਰੰਗ ਹੈ ਤੇ ਇਹ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਕਿਸੇ ਵੀ ਨੇ ਟਰੈਕਟਰ ਖਰੀਦਣਾ ਹੋਵੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਾ ਕੇ ਦੇਖ ਸਕਦੇ ਹੋ ਜੀ ਤੇ ਖਰੀਦ ਸਕਦੇ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ ਨਿਊ ਹੋਲੈਂਡ 3130 ਟਰੈਕਟਰ ਜੀ 2006 ਮਾਡਲ ਆਹਾ 2 ਲੱਖ 25 ਹਜ਼ਾਰ ਬੀ ਨੇ ਡਿਮਾਂਡ ਰੱਖੀ ਹੈ ਜੀ ਤੇ ਮਾਨਸਾ ਏਰੀਆ ਜਿੰਨਾ ਦਾ ਤੇ ਇਹ ਰਾਜਸਥਾਨ ਨੰਬਰ ਹੈ ਜੀ 80% ਟੈਰਾਂ ਦੀ ਕੰਡੀਸ਼ਨ ਹੈ ਜਿਹੜੇ ਵੀ ਦਾ ਟਰੈਕਟਰ ਆ ਉਹਨਾਂ ਦਾ ਨੰਬਰ ਹੈ 98726 82100 88 ਤੇ ਬਹੁਤ ਸਾਰਾ ਟਰੈਕਟਰ ਹੈ ਜਾਬੀ ਤੇ ਮਿਊਜ਼ਿਕ ਸਿਸਟਮ ਲੱਗਿਆ ਤੇ ਕੋਈ ਕੰਮ ਨਹੀਂ ਭਾਲਦਾ ਰੰਗ ਜਿਹੜਾ ਬਿਲਕੁਲ ਸਾਫ ਹੈ ਕਿਸੇ ਪਾਸੇ ਕੋਈ ਵੀ ਦਿੱਕਤ ਨਹੀਂ ਛਤਰੀ ਲੱਗਿਆ ਜੀ ਬਿਜਲੀ ਸਿਸਟਮ ਲੱਗਿਆ ਤੇ ਕੋਈ ਕੰਮ ਨਹੀਂ ਭਾਲਦਾ 2,25,000 ਵੀ ਨੇ ਡਿਮਾਂਡ ਰੱਖਿਆ ਹੈ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜਿਹੜੇ ਵੀ ਦਾ ਟਰੈਕਟਰ ਹੈ 80% ਟੈਰ ਦੇ ਕੰਡੀਸ਼ਨ ਪਈ ਹੈ 2006 ਮਾਡਲ ਟਰੈਕਟਰ ਹੈ ਜੀ ਤੇ 2006 ਦੇ ਮਾਡਲ ਦੇ ਹਿਸਾਬ ਨਾਲ ਟਰੈਕਟਰ ਜਿਹੜਾ ਬਹੁਤ ਸੰਭਾਈ ਨਾਲ ਰੱਖਿਆ ਤੇ ਬਹੁਤ ਸਾਫ ਕੰਡੀਸ਼ਨ ਪਈ ਹੈ ਜੀ ਦੀ ਕਿਸੇ ਵੀ ਨੇ ਟਰੈਕਟਰ ਖਰੀਦਣੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਚਲਾ ਕੇ ਦੇਖ ਸਕਦੇ ਹੋ ਤੇ ਪੂਰੀ ਤਸੱਲੀ ਕਰਕੇ ਬਾ ਬੂ ਕੇ ਪੂਰੀ ਆਪਦੀ ਤਸੱਲੀ ਕਰਕੇ ਜੀ ਤੇ ਕਾਗਜ਼ ਪੱਤਰ ਦੇਖ ਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਜੀ ਤੇ ਇਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਜੀ ਬਾਕੀ ਕੋਈ ਵੀ ਜਾਣਕਾਰੀ ਹੋਰ ਲੈਣੀ ਹੈ ਤਾਂ ਅੱਗੇ ਤੁਸੀਂ ਦੇਖ ਰਹੇ ਹੋ ਜੀ ਟਰਾਲੀ 116 ਦੀ ਟਰਾਲੀ ਹੈ ਜੀ ਆਹ 2006 ਮਾਡਲ ਹੈ 1,70,000 ਵੀ ਨੇ ਡਿਮਾਂਡ ਰੱਖੀ ਹੈ ਟਰਾਲੀ ਦੀ ਤੇ ਮਾਨਸਾ ਇਹਨਾਂ ਦੇ ਏਰੀਆ 'ਚ 70% ਟਾਇਰਾਂ ਦੀ ਕੰਡੀਸ਼ਨ ਪਈ ਹੈ ਜਿਹੜੇ ਵੀ ਦਾ ਟਰਾਲੀ ਹੈ ਉਹਨਾਂ ਦਾ ਨੰਬਰ ਹੈ ਜੀ 9872682188 ਜਿਹੜੇ ਵੀ ਇਹਦਾ ਨਿਊ ਹੋਲੈਂਡ 36 ਮਤਲਬ 31 30 ਟਰੈਕਟਰ ਸੀਗਾ ਜੀ ਉਹਨਾਂ ਦੀ ਆਹ ਟਰਾਲੀ ਹੈ ਜੀ ਤੇ ਦੋਵੇਂ ਚੀਜ਼ਾਂ ਵੇਚਦੇ ਆ ਜੀ ਟਰੈਕਟਰ ਟਰਾਲੀ ਦੋਵੇਂ ਚੀਜ਼ਾਂ ਸੇਲ ਲਈ ਲਾਈਆਂ ਹੋਈਆਂ ਜੀ ਤੇ ਟਰਾਲੀ ਜਿਹੜੀ ਬਿਲਕੁਲ ਸਾਫ਼ ਪਈ ਹੈ ਜੀ ਕੋਈ ਦਿੱਕਤ ਨਹੀਂ ਡਬਲ ਟੈਰੀ ਟਰਾਲੀ ਹੈ ਜੀ 70% ਟਾਇਰਾਂ ਦੀ ਕੰਡੀਸ਼ਨ ਪਈ ਹੈ ਡਬਲ ਟੈਰੀ ਟਰਾਲੀ ਹੈ ਤੇ ਬਹੁਤ ਸਾਫ਼ ਪਈ ਜੀ ਕੋਈ ਜਰਨੀ ਲੱਗੀ ਨਾ ਕੋਈ ਦਿੱਕਤ ਹੈ ਇਹ ਚਾਦਰ ਜਿਹੜੀ ਬਹੁਤ ਸਾਫ਼ ਪਈ ਹੈ ਤੇ ਪੂਰੀ ਹੈਵੀ ਟਰਾਲੀ ਹੈ 1,70,000 ਵੀ ਡਿਮਾਂਡ ਰੱਖੀ ਆ ਤੇ ਬਾਕੀ ਫੋਟੋ ਤੁਸੀਂ ਦੇਖ ਰਹੇ ਹੋ ਬਾਕੀ ਜਾ ਕੇ ਚੈੱਕ ਆ ਸਕਦੇ ਹੋ ਜੀ 2016 ਮਾਡਲ ਹੈ ਤੇ ਪੂਰੀ ਵਧੀਆ ਟਰਾਲੀ ਹੈ 1,70,000 ਡਿਮਾਂਡ ਰੱਖਿਆ ਵੀਰ ਨੇ ਤੇ 70% ਟਾਇਰਾਂ ਦੀ ਕੰਡੀਸ਼ਨ ਪਈ ਹੈ 98726 82188 ਇਹਨਾਂ ਦਾ ਨੰਬਰ ਹੈ ਤੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਜੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਆਪਣੇ ਚੈਨਲ ਤੇ ਜਿੰਨੇ ਵੀ ਨਵੇਂ ਨੇ ਤੇ ਵੀਡੀਓ ਨੂੰ ਨਵੇਂ ਦੇਖ ਰਹੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਉਹਨੂੰ ਦਬਬ ਦਿਓ ਤੇ ਨਾਲ ਇੱਕ ਘੰਟੀ ਦਾ ਬਟਨ ਹੋਗਾ ਜੀ ਉਹਨੂੰ ਦਬਾ ਦਿਓ ਤੇ ਜਦੋਂ ਮੈਂ ਨਵੀਂ ਵੀਡੀਓ ਪਾਉਮਾਂ ਤੁਹਾ ਦਾ ਜਿਹੜਾ ਮੈਸੇਜ ਆ ਵੀਡੀਓ ਦਾ ਤੁਰਤ ਪਰ ਤੁਹਾਡੇ ਮੋਬਾਈਲ ਤੇ ਚੱਲ ਜਾਊਗਾ ਤੇ ਤੁਰਤ ਪਰ ਤੁਸੀਂ ਵੀਡੀਓ ਨੂੰ ਦੇਖ ਸਕੋਗੇ ਜੀ ਤੇ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨਾਲ ਜੁੜਜੋ ਜੀ ਹੁਣ ਤੁਸੀਂ ਦੇਖ ਰਹੇ ਹੋ ਜੀ ਟਰਾਲੀ ਦਾਛੇ ਦੀ ਟਰਾਲੀ ਜੀ ਆਹ ਤੇ 52000 ਵੀਰ ਨੇ ਡਿਮਾਂਡ ਰੱਖੀ ਜੀ ਬਰਨਾਲਾ ਇਹਨਾਂ ਦਾ ਏਰੀਆ ਹੈ 80% ਟਾਇਰਾਂ ਦੀ ਕੰਡੀਸ਼ਨ ਪਈ ਹੈ ਜਿਹੜੇ ਵੀ ਇਹਦੀ ਟਰਾਲੀ ਆ ਉਹਨਾਂ ਦਾ ਨੰਬਰ ਹੈ ਜੀ 70098 72739 ਤੇ ਟਰਾਲੀ ਆ ਵੀ ਪੂਰੀ ਵਧੀਆ ਪਈ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੇ ਕੋਈ ਜੱਜੂ ਨਹੀਂ ਲੱਗੀ ਜੀ ਤੇ ਅੰਦਰੋਂ ਤੁਸੀਂ ਦੇਖ ਰਹੇ ਹੋ ਟਰਾਲੀ ਨੂੰ ਚਾਦਰ ਤੇ ਪੂਰੀ ਵਧੀਆ ਟਰਾਲੀ ਹੈ ਜੀ ਤੇ ਕੋਈ ਦਿੱਕਤ ਨਹੀਂ ਨਾ ਕੋਈ ਜਰਜੁਰ ਲੱਗੀ ਐ ਤੇ ਨਾਈ ਹੋਰ ਕੋਈ ਦਿੱਕਤ ਐ ਜੀ ਪੂਰੀ ਵਧੀਆ ਤੇ ਸਾਫ ਟਰਾਲੀ ਐ ਜੀ ਰੰਗ ਜਿਹੜਾ ਵਧੀਆ ਪਿਆ ਤੇ ਇਹ ਸੋਹਣੀ ਟਰਾਲੀ ਕਿਸੇ ਵੀ ਨੇ ਟਰਾਲੀ ਖਰੀਦਣੀ ਹੋਵੇ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾ ਕੇ ਚੈੱਕ ਕਰ ਸਕਦੇ ਹੋ ਜੀ ਤੇ ਖਰੀਦ ਸਕਦੇ ਹੋ ਜੀ ਤੇ ਅੱਜ ਲਈ ਇਹਨੇ ਜੀ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਸਪੋਰਟ ਰੱਖਿਆ ਕਰੋ ਤੇ ਅੱਗੇ ਲਾਸਟ ਦੇ ਵਿੱਚ ਦੋ ਵੀਡੀਓ ਹੋਰ ਆਉਣਗੀਆਂ ਜੀ ਹੁਣ ਤੇ ਉਹਨਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਤੇ ਜੁੜੇ ਰਹੋ ਜੀ ਆਪਣੇ ਚੈਨਲ ਨਾਲ ਜੀ